ਇਹ ਅਧਿਆਤਮਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ। 6045076666। ਦਾ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਸਪਿਰਚੁਅਲ ਸੈਗਮੈਂਟ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਮੇਰੇ ਨਾਲ ਸਾਥ ਦੇਣਗੇ ਸਰਦਾਰ ਜੈਤੇਕ ਸਿੰਘ ਅਨੰਤ, ਜਿਹੜੇ ਕਿ ਇੱਕ ਨਾਮਵਰ ਲੇਖਕ ਨੇ, ਫੋਟੋਗ੍ਰਾਫਰ ਰਹੇ ਨੇ ਅਤੇ ਨਾਲ ਇੱਕ ਕਾਲਮਨਿਸਟ ਵੀ ਨੇ। ਭਾਈ ਸਾਹਿਬ ਨਾਲ ਅੱਜ ਅਸੀਂ ਗੱਲਬਾਤ ਕਰਕੇ ਗਿਆਨੀ ਗੁਰਦਿੱਤ ਸਿੰਘ ਜੀ ਦੇ ਜੀਵਨ ਸੰਬੰਧੀ ਕੁਝ ਜਾਣਕਾਰੀ ਲਵਾਂਗੇ, ਕਿਉਂਕਿ ਅਸੀਂ ਦੇਖਿਆ ਕਿ 24 ਫਰਵਰੀ ਨੂੰ ਉਹਨਾਂ ਦਾ ਜਨਮ ਦਿਨ ਮਨਾਇਆ ਗਿਆ ਅਤੇ ਗਿਆਨੀ ਗੁਰਦਿੱਤ ਸਿੰਘ ਦੀ ਜੋ ਦੇਣ ਹੈ ਉਸ ਬਾਰੇ ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ। ਸਰਦਾਰ ਜੈਤੇਕ ਸਿੰਘ ਅਨੰਤ ਵੱਲੋਂ 16 ਕਿਤਾਬਾਂ ਵੀ ਲਿਖੀਆਂ ਜਾ ਚੁੱਕੀਆਂ ਨੇ, ਸੋ ਆਓ ਅੱਜ ਇਹਨਾਂ ਨਾਲ ਸਾਂਝ ਪਾਉਂਦੇ ਹਾਂ ਗਿਆਨੀ ਗੁਰਦਿੱਤ ਸਿੰਘ ਜੀ ਦੀ ਜ਼ਿੰਦਗੀ ਬਾਰੇ। ਜੈਨ ਜੀ, ਭਾਈ ਸਾਹਿਬ, ਵੈਲਕਮ ਟੂ ਦ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ। ਸੋ ਅਨੰਤ ਸਾਹਿਬ, ਧੰਨਵਾਦ ਇੱਥੇ ਆ ਕੇ ਸਾਡੇ ਦਰਸ਼ਕਾਂ ਨਾਲ ਸਾਂਝ ਪਾਉਣ ਲਈ। ਗਿਆਨੀ ਗੁਰਦਿੱਤ ਸਿੰਘ ਦੀ ਬਹੁਤ ਵੱਡੀ ਦੇਣ ਹੈਗੀ ਸਿੱਖੀ ਨੂੰ ਜੀ। ਅੱਜ ਸਾਨੂੰ ਟੇਕ ਅਸ ਔਨ ਦਿਸ ਜਰਨੀ ਜਿੱਥੋਂ ਕਿ ਅਸੀਂ ਉਹਨਾਂ ਦੇ ਜੀਵਨ 'ਤੇ ਕੁਝ ਝਾਤ ਮਾਰ ਕੇ ਕੁਝ ਸਿੱਖ ਸਕੀਏ। ਹਰਪ੍ਰੀਤ ਜੀ, ਗਿਆਨੀ ਗੁਰਦਿੱਤ ਸਿੰਘ ਇੱਕ ਬਹੁਪੱਖੀ ਵਿਅਕਤੀ ਹੈ ਜੀ। ਉਹ ਵਿਅਕਤੀ ਨੇ ਇੱਕ ਸੰਸਥਾ ਹੈ ਜੀ। ਗਿਆਨੀ ਗੁਰਦਿੱਤ ਸਿੰਘ ਮੁੱਢਲੇ ਤੌਰ 'ਤੇ ਇੱਕ ਖੋਜੀ ਹੈ, ਇੱਕ ਲੇਖਕ ਹੈ, ਇੱਕ ਵਿਦਵਾਨ ਹੈ, ਇੱਕ ਨਿਬੰਧਕਾਰ ਹੈ, ਇੱਕ ਜੀਵਨੀਕਾਰ ਹੈ ਔਰ ਇੱਕ ਪੱਤਰਕਾਰ ਹੈ। ਰਾਈਟ। ਪੱਤਰਕਾਰ ਦੇ ਨਾਲ ਇੱਕ ਸੈਮੀ ਰਾਜਨੀਤਿਕ ਵੀ ਹੈ। ਰਾਈਟ। ਉਹ ਉਹਨਾਂ ਗਿਣੇ ਚੁਣੇ ਇੱਕ ਦੋ ਬੰਦਿਆਂ 'ਚੋਂ ਹੈ ਜਿਹੜਾ ਮੈਂਬਰ ਆਫ ਲੈਜਿਸਲੇਚਰ ਕੌਂਸਲ ਵੀ ਪੰਜਾਬ ਦਾ ਰਿਹਾ ਹੈ ਜੀ। ਔਰ ਇੱਥੋਂ ਤੱਕ ਵੱਡੇ ਵੱਡੇ ਜਿਹੜੇ ਪੰਜਾਬ ਦੇ ਚੀਫ ਮਿਨਿਸਟਰ ਹੋਏ ਨੇ ਉਹਨਾਂ ਦਾ ਸਲਾਹਕਾਰ ਵੀ ਰਿਹਾ। ਰਾਈਟ। ਟੈਪਸੂ ਦੇ ਵਿੱਚ ਗਿਆਨ ਸਿੰਘ ਰਾੜੇਵਾਲਾ ਜੀ, ਉਹ ਪੰਜਾਬ ਵਿੱਚ ਗਿਆਨੀ ਜੈਲ ਸਿੰਘ, ਦੋਹਾਂ ਦਾ ਉਹ ਇੱਕ ਕਿਸਮ ਦਾ ਸਲਾਹਕਾਰ ਸੀ, ਐਡਵਾਈਜ਼ਰ ਸੀ ਜਦੋਂ ਵੀ ਕੋਈ ਗੱਲ ਹੋਏ। ਔਰ ਇੱਥੇ ਹੀ ਬਸ ਨਹੀਂ, ਪੰਥਕ ਹਲਕਿਆਂ ਵਿੱਚ ਕਿਉਂਕਿ ਉਹਨੇ ਖੋਜ ਬੜੀ ਕੀਤੀ ਹੈ ਜੀ, ਉਹਦੇ ਵਿੱਚ ਵੀ ਉਹਦਾ ਇੱਕ ਬੜਾ ਸਤਿਕਾਰ ਅਤੇ ਮਾਣ ਸੀ। ਔਰ ਤੁਸੀਂ ਹੈਰਾਨ ਹੋਵੋਗੇ ਕਿ ਉਹ ਗਿਆਨੀ ਗੁਰਦਿੱਤ ਜਿਹੜਾ ਪੰਜਵਾਂ ਤਖ਼ਤ, ਪਹਿਲਾਂ 4 ਤਖ਼ਤ ਹੁੰਦੇ ਸੀ ਸਿੱਖਾਂ ਦੇ, ਪੰਜਵਾਂ ਤਖ਼ਤ ਜਿਹੜੀ ਖੋਜ ਸੀ ਉਹਦਾ ਜਿਹੜਾ ਪ੍ਰਵਾਨ ਕੀਤਾ ਸੀ ਉਹ ਗਿਆਨੀ ਗੁਰਦਿੱਤ ਸਿੰਘ ਦੀ ਖੋਜ 'ਤੇ ਹੀ ਆਧਾਰਿਤ ਸੀ। ਓਕੇ। ਅਤੇ ਗਿਆਨੀ ਜੀ ਨਾਲ ਮੇਰਾ ਵਾਸਤਾ ਅੱਜ ਦਾ ਨਹੀਂ, ਮੇਰਾ ਵਾਸਤਾ ਪੂਰੇ 50 ਸਾਲ ਪੁਰਾਣਾ ਹੈ। ਰਾਈਟ। ਮੇਰਾ 68 ਤੋਂ ਉਹਨਾਂ ਨਾਲ ਵਾਸਤਾ ਸੀ ਜੀ, ਜਦੋਂ ਮੈਂ ਉਹਨਾਂ ਨੂੰ ਪਹਿਲੇ ਮੁੱਢਲੇ ਤੌਰ 'ਤੇ ਇੱਕ ਪੱਤਰਕਾਰ ਦੇ ਤੌਰ 'ਤੇ ਜਾਣਦਾ ਸਾਂ। ਰਾਈਟ। ਔਰ ਕਿਉਂਕਿ ਉਹ ਇੱਕ ਅਖਬਾਰ ਕੱਢਦੇ ਸਨ ਪ੍ਰਕਾਸ਼, ਜਿਹੜਾ ਪੈਪਸੂ ਦੇ ਵਿੱਚ ਬੜਾ ਮਸ਼ਹੂਰ ਅਖਬਾਰ ਸੀ ਜੀ, ਮੇਰੀ ਸਟੂਡੈਂਟ ਲਾਈਫ ਸੀ, ਮੈਂ ਇੱਕ ਪ੍ਰੈਸ ਨੋਟ ਲੈ ਕੇ ਉਹਨਾਂ ਨੂੰ ਦੇਣ ਗਿਆ ਸਾਂ। ਅੱਛਾ ਜੀ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਇੱਕ ਖਬਰ ਵਗੈਰਾ ਜੀ। ਉਹ ਕਹਿੰਦੇ ਤੁਸੀਂ ਕੀ ਕਰਦੇ ਹੋ? ਮੈਂ ਕਿਹਾ ਮੈਂ ਕਾਲਜ ਆਫ ਆਰਟਸ ਦਾ ਵਿਦਿਆਰਥੀ ਹਾਂ, ਮੈਂ ਉੱਥੇ ਪੜ੍ਹਦਾ ਹਾਂ ਜੀ। ਕਹਿੰਦੇ ਤੁਸੀਂ ਕੀ ਪੜ੍ਹਾਈ ਹੈ? ਮੈਂ ਕਿਹਾ ਮੇਰੀ ਪੜ੍ਹਾਈ ਜਿਹੜੀ ਹੈ ਅਪਲਾਈਡ ਆਰਟ ਹੈ, ਉਹ ਮੈਂ ਫੋਟੋਗ੍ਰਾਫੀ ਸਪੈਸ਼ਲਾਈਜ਼ ਕਰ ਰਿਹਾ। ਰਾਈਟ। ਉਹ ਕਹਿੰਦੇ ਤਾਂ ਮੰਨਾਂਗਾ ਜੇ ਤੂੰ ਮੇਰਾ ਇੱਕ ਪੋਰਟਰੇਟ ਬਣਾ। ਅੱਛਾ। ਮੈਂ ਉਹਦਾ ਇੱਕ ਪੋਰਟਰੇਟ ਖਿੱਚਿਆ, ਪਿੱਛੇ ਅਲੀਅਰ ਦੀ ਵਾਰਡ ਸੀ, ਉਹਨੂੰ ਬਹੁਤ ਪਸੰਦ ਆਇਆ ਜੀ, ਬਹੁਤ ਚੰਗਾ ਉਹਨੂੰ ਲੱਗਾ ਇਹ ਪੋਰਟਰੇਟ, ਜਿਹੜਾ ਉਹਨੇ ਅਜੇ ਤੱਕ ਆਪਣੀ ਬੈਠਕ ਦੇ ਵਿੱਚ, ਹੁਣ ਉਹਦੇ ਜਿਹੜਾ ਸਟੱਡੀ ਰੂਮ ਸੀ ਜੀ, ਲਾਇਬ੍ਰੇਰੀ ਸੀ, ਉਹਦੇ 'ਚ ਲਗਾ ਕੇ ਰੱਖਿਆ। ਕਹਿੰਦਾ ਬਹੁਤ ਖੂਬਸੂਰਤ। ਉਹਨੇ ਮੈਨੂੰ ਪਹਿਲੀ ਕਿਤਾਬ ਜਿਹੜੀ 10 ਸਾਲ ਪਹਿਲਾਂ ਲਿਖੀ ਗਈ ਸੀ, ਮੇਰਾ ਪਿੰਡ 68 ਵਿੱਚ, ਆਪਣੇ ਆਟੋਗ੍ਰਾਫ ਕਰਕੇ ਜਿਹੜੀ ਮੈਨੂੰ ਜ਼ਿੰਦਗੀ 'ਚ ਪਹਿਲੀ ਕਿਤਾਬ ਮਿਲੀ ਜੀ, ਅੱਜ ਤੋਂ 51 ਸਾਲ ਪਹਿਲਾਂ ਉਹਨੇ ਦਿੱਤੀ। ਵਾਹ। ਉਹਨੇ ਮੈਨੂੰ ਕਿਹਾ ਕਿ ਜੈਤੇਕ ਸਿੰਘ, ਇਹ ਮੈਂ ਸ਼ਬਦਾਂ ਦੇ ਨਾਲ ਪਿੰਡ ਉਸਾਰਿਆ, ਤੂੰ ਫੋਟੋਗ੍ਰਾਫੀ ਦੇ ਨਾਲ ਪਿੰਡ ਨੂੰ ਨੈਨ ਨੱਚ, ਪੰਜਾਬ ਦਾ ਰੰਗਲੀ ਲਾਈਫ, ਉੱਥੋਂ ਦਾ ਕਲਚਰ ਜੀ, ਕੀ ਖਿਆਲ ਹੈ? ਤੂੰ ਆਪਣੇ ਕੈਮਰੇ ਦੇ ਨਾਲ, ਤੇਰੇ 'ਚ ਸਮਰਥਾ ਹੈ, ਅਤੇ ਆਪਾਂ ਦੋਨੋਂ ਰਲ ਕੇ ਕੰਮ ਕਰੀ, ਮੈਂ ਸ਼ਬਦਾਂ ਦਾ ਕਹਾਂਗਾ, ਤੂੰ ਫੋਟੋਗ੍ਰਾਫੀ ਦੇ ਰਹੀ, ਇੱਥੋਂ ਸਾਡਾ ਕੰਮ ਸਾਡਾ ਸ਼ੁਰੂ ਹੈ। ਫਿਰ ਉਹਨੇ ਪੁੱਛਿਆ ਤੂੰ ਕਿੱਥੇ ਰਹਿੰਦਾ ਹੈ, ਤੇਰੇ ਪਿਤਾ ਜੀ ਕੌਣ ਨੇ? ਮੈਂ ਕਿਹਾ ਮੇਰੇ ਪਿਤਾ ਜੀ। ਕਹਿੰਦੇ ਅੱਛਾ, ਮੈਂ ਤਾਂ ਉਹਨਾਂ ਨੂੰ ਬਹੁਤ ਜਾਣ ਚੰਗੀ ਤਰ੍ਹਾਂ ਜਾਣਦਾ, ਮੈਂ ਤਾਂ ਤੁਹਾਡੇ ਘਰ ਲਾਹੌਰ ਵੀ ਆਇਆ। ਅੱਛਾ ਜੀ। ਫਿਰ ਸਾਡੀ ਬੜੀ ਨੇੜਤਾ ਹੋਈ। ਰਾਈਟ। ਅਤੇ ਉਹ ਐਡੀ ਨੇੜਤਾ ਹੋਈ ਕਿ ਮੇਰਾ ਪਿੰਡ ਨੇ ਮੇਰੀ ਜ਼ਿੰਦਗੀ ਦੇ ਵਿੱਚ, ਫੋਟੋਗ੍ਰਾਫੀ ਦੇ ਵਿੱਚ, ਜਿਹੜੀ ਪੇਂਡੂ ਲਾਈਫ ਹੈ, ਸਾਡਾ ਰਹਿਤਲ ਹੈ, ਸਾਡਾ ਵਸੇਬ ਹੈ, ਉਹਨੂੰ ਕੈਪਚਰ ਕਰਨ ਲਈ ਮੇਰਾ ਪਿੰਡ, ਅਤੇ ਮੇਰਾ ਪਿੰਡ ਪਿਛਲੀ ਸਦੀ ਦੀ ਸਭ ਤੋਂ ਵੱਡੀ, ਸਭ ਤੋਂ ਜਿਹੜੀ ਉੱਤਮ ਕਿਤਾਬ, ਸਭ ਤੋਂ ਸਿਖਰ 'ਤੇ ਹੈ ਵਾਰਤਕ ਵਿੱਚ, ਉਹਦੇ ਬਰਾਬਰ ਕੋਈ ਕਿਤਾਬ ਅਜੇ ਤੱਕ, ਕਿਉਂਕਿ ਉਹ ਭਾਵੇਂ MA ਕਲਾਸਿਸ ਵਿੱਚ ਲੱਗੀ ਹੈ, ਗਿਆਨੀ ਦੀਆਂ ਕਲਾਸਿਸ ਵਿੱਚ ਲਿਖੀ, ਜਿਹੜਾ ਉਹਨੇ ਪਿੰਡ ਦਾ ਨਕਸ਼ਾ ਲਿਖਿਆ, ਜਿਹੜਾ ਪਿੰਡ ਦੀ ਉਹਨੇ
ਇਬਾਰਤ ਲਿਖੀ ਹੈ ਉਹ ਆਪਣੇ ਕਿਸਮ ਦੀ ਹੈ ਕਿ ਜਿਹਦੇ 'ਚ ਉਹਨੇ ਪਿੰਡ ਦਾ ਮੂੰਹ ਮੱਥਾ, ਪਿੰਡ ਦੇ ਵਡੇਰੇ, ਉਹਦਾ ਬਚਪਨ, ਆਂਢ ਗੁਆਂਢ, ਕੰਮ ਧੰਦੇ, ਪਿੰਡ ਦੇ ਈਸਟ, ਹਰ ਚੀਜ਼, ਪਿੰਡ ਦੀ ਇੱਕ ਇੱਕ ਚੀਜ਼ ਉਸਨੇ ਲਿਖੀ ਹੈ। ਔਰ ਇੱਥੋਂ ਤੱਕ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ, ਇਹ ਕਿਤਾਬ ਕਿਤਾਬ ਕੀਤੀ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਹੋਰ ਜਿਹੜੇ ਨੇ, ਜਿੱਥੋਂ ਤੱਕ ਜੀਵਨੀਆਂ ਨੇ ਭਾਈ ਦਿੱਤ ਸਿੰਘ ਦੀ, ਇਹ ਭਾਈ ਹੀਰਾ ਸਿੰਘ, ਭਾਈ ਰਣਧੀਰ ਸਿੰਘ, ਗੁਰਬਚਨ ਸਿੰਘ ਭਿੰਡਰਾਂ ਵਾਲੇ, ਗਿਆਨ ਸਿੰਘ ਰਾੜੇ ਵਾਲਾ, ਇਸ ਤਰ੍ਹਾਂ ਹੋਰ ਬੜਿਆਂ ਦੀਆਂ ਉਹਨਾਂ ਨੇ ਜੀਵਨੀਆਂ ਲਿਖੀਆਂ ਨੇ। ਗੁਰੂ ਗ੍ਰੰਥ ਸਾਹਿਬ ਦੇ ਉੱਤੇ ਬੜੀ ਉਹਨਾਂ ਦੀ ਸਟੱਡੀ ਹੈ, ਬੜੀ ਰਿਸਰਚ ਹੈ। ਉਹ ਤੁਹਾਨੂੰ ਦੱਸਿਆ ਕਿ ਇੱਕ ਬਹੁਪੱਖੀ ਸੀ, ਰਾਈਟ। ਔਰ ਇੱਥੇ ਬਸ ਨਹੀਂ ਕਿ ਸਾਡੇ ਪੰਜਾਬ ਦੇ ਇੱਕ ਨਾਮਵਰ ਲੇਖਕ ਹੋਏ ਨੇ, ਲੇਖਕ ਪਹਿਲਾਂ ਬਾਅਦ 'ਚ ਹੋਏ ਨੇ, ਪਹਿਲਾਂ ਐਕਟਰ ਬਲਰਾਜ ਸਾਹਨੀ ਜੀ। ਬਲਰਾਜ ਸਾਹਨੀ ਪੰਜਾਬ ਦੇ ਵਿੱਚ ਆਇਆ ਜਸਵੰਤ ਸਿੰਘ ਕੰਵਲ ਦੇ ਕੋਲ, ਬੜੀ ਪੁਰਾਣੀ ਗੱਲ ਹੈ। ਅਤੇ ਜਸਵੰਤ ਸਿੰਘ ਕੰਵਲ ਦੇ ਕੋਲ ਆਇਆ ਕਿਉਂਕਿ ਉਹਨੂੰ ਇੱਕ ਵਾਰ ਜਦੋਂ ਅੰਗਰੇਜ਼ੀ 'ਚ ਲਿਖਿਆ ਸੀ ਅਤੇ ਰਵਿੰਦਰਨਾਥ ਟੈਗੋਰ ਨੂੰ ਉਹਨੇ ਦਿਖਾਇਆ, ਉਹਨੇ ਕਿਹਾ ਤੇਰੀ ਮਾਂ ਬੋਲੀ ਕਿਹੜੀ ਹੈ? ਉਹ ਕਹਿੰਦੇ ਮੇਰੀ ਮਾਂ ਬੋਲੀ ਪੰਜਾਬੀ ਹੈ ਜੀ। ਅਤੇ ਤੂੰ ਕਹਿੰਦੇ ਅੰਗਰੇਜ਼ੀ 'ਚ ਕਿਉਂ ਲਿਖਿਆ, ਤੂੰ ਪੰਜਾਬੀ 'ਚ ਕਿਉਂ ਨਹੀਂ ਲਿਖਿਆ? ਉਹਨੂੰ ਇਹ ਗੱਲ ਬੜੀ ਲੱਗੀ, ਰਾਈਟ। ਉਹਨੇ ਕੇ ਦੱਸਿਆ ਕਿ ਮੈਂ ਗੀਤਾਂਜਲੀ ਬੰਗਲਾਦੇਸ਼ 'ਚ ਲਿਖੀ। ਫਿਰ ਗੁਰਦਿੱਤ ਸਿੰਘ ਉਹਨੇ ਆਪਣੇ ਜਸਵੰਤ ਸਿੰਘ ਕੰਵਲ ਨੂੰ ਕਿਹਾ, ਕਹਿੰਦੇ ਬਈ ਮੈਨੂੰ ਕੋਈ ਕਿਤਾਬ ਇਹੋ ਜਿਹੀ ਦਿਓ ਜਿੱਥੋਂ ਮੈਨੂੰ ਪੰਜਾਬੀ ਪ੍ਰਤੀ ਇਹ ਗੱਲ ਹੋਵੇ। ਉਹਨੇ ਕੁਲਵੰਤ ਸਿੰਘ ਵਿਰਕ, ਬੜਾ ਵੱਡਾ ਕਹਾਣੀਕਾਰ ਹੈ, ਵੱਡਾ ਨਾਂ ਹੈ, ਉਹਦੇ ਨਾਲ ਗੱਲ ਕੀਤੀ ਕਿ ਇਹਨੂੰ ਕਿਹੜੀ ਕਿਤਾਬ ਦਿੱਤੀ ਜਾਏ। ਉਹਨੇ ਕਿਹਾ ਜੀ ਇਹਨੂੰ ਮੇਰਾ ਪਿੰਡ ਤੋਂ ਇਲਾਵਾ ਕੋਈ ਕਿਤਾਬ ਦੇਣੀ ਬਣਦੀ ਨਹੀਂ। ਓਕੇ, ਉਹਨੇ ਮੇਰਾ ਪਿੰਡ ਕਿਤਾਬ ਦਿੱਤੀ। ਅੱਛਾ ਜੀ। ਮੇਰਾ ਪਿੰਡ ਜਦ ਕਿਤਾਬ ਦਿੱਤੀ, ਉਹਨੇ ਪੜ੍ਹੀ ਅਤੇ ਬੰਬਈ ਜਾ ਕੇ ਇਹ ਕੁਛ ਸਤਰਾਂ ਉਹਨਾਂ ਨੂੰ ਲਿਖੀਆਂ। ਕਹਿੰਦਾ ਆਪਣੇ ਇੱਕ ਪੱਤਰ ਵਿੱਚ ਉਂਝ ਲਿਖਦੇ ਨੇ, ਬਸ ਇੱਦਾਂ ਹੀ ਆਖ ਕੇ ਬਸ ਕਰਦਾ ਹਾਂ ਕਿ ਤੁਸਾਂ ਕਮਾਲ ਕੀਤੀ ਹੈ ਜੀ, ਇਹ ਕਿਤਾਬ ਪੰਜਾਬ ਦੇ ਯੁੱਗ ਬਦਲੇਗੀ, ਇਸ ਨੇ ਮੇਰੀ ਪਿਆਸ ਦੂਰ ਕਰ ਦਿੱਤੀ ਹੈ, ਮੈਂ ਆਪਣੇ ਵਤਨ ਨੂੰ ਪਿਆਰ ਕਰਨ ਲੱਗ ਪਏ ਹਾਂ। ਜੋ ਪੰਜਾਬੀ ਵਿੱਚ ਇਸ ਨੇ ਮੇਰੀ ਪਿਆਸ ਦੂਰ ਕਰ ਦਿੱਤੀ ਹੈ, ਮੈਨੂੰ ਆਪਣਾ ਵਤਨ ਪਿਆਰਾ ਲੱਗਣ ਲੱਗ ਪਿਆ ਹੈ। ਜੋ ਪੰਜਾਬੀ ਜਿਹੀ ਬਦਕਿਸਮਤੀ ਮਾਂ ਦੀ ਕੁੱਖੋਂ ਅੱਜ ਵੀ ਤੁਹਾਡੇ ਜੇ ਲਾਲ ਪੈਦਾ ਹੋ ਸਕਦੇ ਹਨ, ਤਾਂ ਕਿਸੇ ਨਾ ਕਿਸੇ ਦਿਨ ਮੇਰੇ ਜਿਹਾ ਦਾ ਇਬਾਰਤ ਲਿਖਣ ਦੇ ਕਾਬਲ ਹੋ ਜਾਣਾ ਬਹੁਤ ਵੱਡੀ ਕਰਾਮਾਤ ਹੋਵੇਗੀ। ਇੱਥੋਂ ਉਹਨੇ ਪੰਜਾਬੀ ਦੇ ਵਿੱਚ ਤਿੰਨ ਕਿਤਾਬਾਂ, ਪਹਿਲਾਂ ਮੇਰਾ ਰੂਸੀ ਪਾਕਿਸਤਾਨੀ ਸਫ਼ਰਨਾਮਾ, ਫਿਰ ਮੇਰਾ ਰੂਸੀ ਸਫ਼ਰਨਾਮਾ, ਫਿਰ ਤੀਜਾ ਮੇਰੀ ਗੈਰ ਜਜ਼ਬਾਤੀ ਡੈਰੀ ਉਹਨੇ ਲਿਖੀ। ਸੋ ਮੇਰਾ ਪਿੰਡ ਇੰਨੀ ਲਾਸਟਿੰਗ ਇੰਪ੍ਰੈਸ਼ਨ ਉਹਨਾਂ ਨੇ ਛੱਡਿਆ ਬਲਰਾਜ ਸਾਹਨੀ ਅਤੇ ਹੋਰ ਬਹੁਤ ਸਾਰੇ ਲੋਕਾਂ 'ਤੇ, ਜਿਹਦੇ ਕਾਰਨ ਲੋਕਾਂ ਦੀ ਜ਼ਿੰਦਗੀਆਂ ਦੇ ਵਿੱਚ ਵੀ ਤਬਦੀਲੀ ਜਿਹੜੀ ਉਹ ਨਜ਼ਰ ਆਈ। ਉਹ ਇਹਦੇ ਬਾਰੇ ਤਾਂ ਕਿਹਾ ਜਾਂਦਾ ਕਿ ਪ੍ਰਤਾਪ ਸਿੰਘ ਕੈਰੋਂ ਉਹਨੂੰ ਸਰਾਣੇ 'ਚ ਰੱਖ ਕੇ ਸੌਂਦਾ ਸੀ। ਵਾਓ। ਇੱਕ ਬ੍ਰੇਕ ਲੈਣੇ ਜੀ, ਆਨੰਦ ਸਾਹਿਬ ਵਾਪਸ ਆ ਕੇ ਤੁਹਾਡੇ ਤੋਂ ਹੋਰ ਜਾਣਕਾਰੀ ਲੈਣੇ, ਗਿਆਨੀ ਦਿੱਤ ਸਿੰਘ ਦੇ ਸੰਬੰਧ ਵਿੱਚ ਜਿਹੜਾ ਤੁਹਾਡਾ ਆਪਸੀ ਨਜ਼ਦੀਕ ਸੰਬੰਧ ਸੀ ਅਤੇ ਨਾਲ ਜਿਸ ਤਰੀਕੇ ਨਾਲ ਇਹ ਮੇਰਾ ਪਿੰਡ ਅਤੇ ਹੋਰ ਵੀ ਬਹੁਤ ਸਾਰਾ ਉਹਨਾਂ ਦੀ ਜਿਹੜੀ ਦੇਣ ਹੈਗੀ ਹੈ ਪੰਜਾਬ ਨੂੰ ਅਤੇ ਹਿੰਦੁਸਤਾਨ ਨੂੰ ਅਤੇ ਸਿੱਖ ਪੰਥ ਨੂੰ, ਇਸ ਬਾਰੇ ਗੱਲਬਾਤ ਕਰਦੇ ਜੀ। ਅੱਜ ਦੀ ਇਸ ਰੀਅਲ ਇਸਟੇਟ ਮਾਰਕੀਟ ਵਿੱਚ ਜ਼ਰੂਰਤ ਹੈ ਇੱਕ ਤਜਰਬੇਕਾਰ ਅਤੇ ਮਿਹਨਤੀ ਰੀਅਲ ਇਸਟੇਟ ਏਜੰਟ ਦੀ ਜੋ ਤੁਹਾਡੀ ਪ੍ਰਾਪਰਟੀ ਨੂੰ ਸਹੀ ਤਰੀਕੇ ਨਾਲ ਮਾਰਕੀਟ ਵਿੱਚ ਪੇਸ਼ ਕਰ ਸਕੇ ਅਤੇ ਖਾਸ ਕਰਕੇ ਜਦ ਤੁਸੀਂ ਘਰ ਵੇਚਣਾ ਹੈ ਤਾਂ ਕਮਿਸ਼ਨ ਵਿੱਚ ਹਜ਼ਾਰਾਂ ਹੀ ਡਾਲਰਸ ਦੀ ਬਚਤ ਕਰਵਾ ਸਕੇ। ਮਕਾਨ ਮਾਲਕ ਕਈ ਆਪਸ਼ਨਸ ਦੀ ਵਰਤੋਂ ਕਰਕੇ ਆਪਣੀ ਟਰਮਸ ਅਤੇ ਲਿਸਟਿੰਗ ਇੱਕ ਫਲੈਟ ਫੀ ਦੇ ਕੇ ਕਰ ਸਕਦੇ ਹਨ। ਵਨ ਫਲੈਟ ਫੀ ਦੇ ਮਯੂਰ ਅਰੋੜਾ ਤੁਹਾਨੂੰ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਮਦਦ ਕਰ ਸਕਦੇ ਹਨ ਕਿਉਂਕਿ ਇਹਨਾਂ ਨੇ ਲੋਅਰ ਮੇਨਲੈਂਡ ਵਿੱਚ ਪਿਛਲੇ ਕਈ ਸਾਲਾਂ ਤੋਂ ਹਜ਼ਾਰਾਂ ਹੀ ਪ੍ਰਾਪਰਟੀਜ਼ ਵੇਚੀਆਂ ਹਨ। ਅੱਜ ਹੀ ਕਾਲ ਕਰੋ 604-725-1000 ਜਾਂ ਫਿਰ ਵਿਜ਼ਿਟ ਕਰੋ oneflatfee.ca। ਇਹ ਅਧਿਆਤਮਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ। 604-507-6666। ਸਰਦਾਰ ਜੈਤੇਕ ਸਿੰਘ ਅਨੰਤ ਨਾਲ ਸਾਂਝ ਪਾ ਰਹੇ ਹਨ ਜੀ, ਭਾਈ ਗੁਰਦਿੱਤ ਸਿੰਘ ਜੀ ਦੇ ਜੀਵਨ ਸੰਬੰਧੀ। ਸਰਦਾਰ ਅਨੰਤ ਸਾਹਿਬ ਸਾਨੂੰ ਦੱਸ ਰਹੇ ਨੇ ਕਿ ਕਿਸ ਤਰੀਕੇ ਨਾਲ ਇੱਕ ਬਹੁਪੱਖੀ ਸ਼ਖਸੀਅਤ ਸਨ ਅਤੇ ਕਿਸ ਤਰੀਕੇ ਨਾਲ ਉਹਨਾਂ ਦੀ ਰਾਈਟਿੰਗਸ ਦੇ ਵਿੱਚ ਇੰਨਾ ਪ੍ਰਭਾਵ ਪੈਂਦਾ ਸੀ ਲੋਕਾਂ ਦੇ ਉੱਤੇ ਕਿ ਆਟੋਮੈਟਿਕਲੀ ਇੱਕ ਸਾਂਝ ਬਣ ਜਾਂਦੀ ਸੀ ਪੰਜਾਬੀ ਦੇ ਨਾਲ। ਅਤੇ ਜਿਸ ਦਾ ਐਗਜ਼ਾਮਪਲ ਇਹਨਾਂ ਨੇ ਦਿੱਤਾ ਕਿ ਬਲਰਾਜ ਸਾਹਨੀ ਵਰਗੇ ਵੀ ਜਿਹੜੇ ਹਨ ਉਹ ਵੀ ਪ੍ਰੇਰਿਤ ਹੋ ਕੇ ਉਹਨਾਂ ਨੇ ਵੀ ਪੰਜਾਬੀ ਵਿੱਚ ਕਿਤਾਬਾਂ ਲਿਖੀਆਂ। ਆਓ ਕੁਛ ਹੋਰ ਜਾਣਕਾਰੀ ਲੈਂਦੇ। ਸੋ ਅਨੰਦ ਸਾਹਿਬ, ਮੇਰਾ ਪਿੰਡ ਤੋਂ ਇੱਕ ਅਮਿੱਟ ਛਾਪ ਛੱਡ ਗਿਆ ਉਸ ਸਮੇਂ, ਤੁਹਾਡੀਆਂ ਤਸਵੀਰਾਂ ਅਤੇ ਉਹਨਾਂ ਦੀ ਲਿਖਤ ਜਿਹੜੀ ਸੀ
ਇਸ ਨੇ ਅਮਿਟ ਛਾਪ ਜੋ ਛੱਡਿਆ ਉਸ ਦੇ ਨਾਲ ਬਹੁਤ ਸਾਰੇ ਲੋਕ ਪ੍ਰਭਾਵ ਹੋਏ। ਹੋਰ ਕੀ ਵਿਲੱਖਣਤਾ ਸੀ ਜਿਹੜੀ ਇਸ ਕਿਤਾਬ ਦੇ ਵਿੱਚ, ਜਿਹੜੀ ਤੁਸੀਂ ਸਮਝਦੇ ਹੋ ਜਿਹਦੇ ਨਾਲ ਕਿ ਕਾਫੀ ਕੁਝ ਉਹਨਾਂ ਦੀ ਦੇਣ ਨੂੰ ਅਸੀਂ ਕਿਤਾਬ ਦੇ ਵਿੱਚ ਜਿਹੜਾ ਐਡੀਸ਼ਨਸ ਆਏ ਸਨ ਜੀ ਪਹਿਲੀਆਂ, ਇਹਦੀ ਜਿਹੜੀ ਇਲਸਟ੍ਰੇਸ਼ਨ ਸੀ ਉਹ ਵੀ ਕਿ ਬੜੇ ਸ਼ਾਹਕਾਰ ਜਿਹੜੇ ਸਨ, ਉਹ ਇੱਕ ਬੜੇ ਵੱਡੇ ਪੇਂਟਰ ਵੱਡੇ ਚਿੱਤਰਕਾਰ ਜਿਹਦਾ ਨਾਂ ਈਸ਼ਵਰ ਚਿੱਤਰਕਾਰ, ਉਹਨੇ ਬਣਾਏ ਸਨ। ਓਕੇ, ਸਾਰੀ ਇਲਸਟ੍ਰੇਸ਼ਨ ਉਹਦੀ ਲਾਈਨ ਸਕੈਚਿਸ ਸਨ, ਉਹਨੇ ਸਾਰਾ ਪਿੰਡ ਦਾ ਜਿਹੜੇ ਵੀ ਵਿਸ਼ਾ ਨਾਲ ਰਿਲੇਟਡ ਸੀ ਨਾ ਉਹਨੂੰ ਉਹਨੇ ਡਿਪਿਕਟ ਕੀਤਾ ਜੀ। ਇਹ ਸੀ ਗੱਲ। ਔਰ ਦੂਜੀ ਗੱਲ ਹੈ ਕਿ ਜਿਹੜੇ ਵੀ ਬੰਦੇ ਆਉਂਦੇ ਸਨ ਬਾਹਰੋਂ, ਜਿਹੜੇ ਅਮੈਰੀਕਾ ਕਨੇਡਾ ਜਿਹਨਾਂ ਨੂੰ ਪੰਜਾਬੀ ਬੋਲੀ ਨਾਲ ਪੰਜਾਬੀ ਜ਼ਬਾਨ ਨਾਲ ਮੋਹ ਸੀ ਜੀ, ਉਹ ਜਦੋਂ ਵੀ ਕਿਸੇ ਨਾਲ ਇਹ ਗੱਲ ਕੀਤੀ ਜਾਂਦੀ, ਜਿਵੇਂ ਇੱਕ ਦੇਵ ਹੈ ਪੋਇਟ ਹੈ ਸਵਿਟਜ਼ਰਲੈਂਡ ਦਾ, ਉਹ ਨੂਰ ਆਪਣਾ ਪੰਜਾਬ ਦਾ ਇੱਕ ਬੜਾ ਵੱਡਾ ਆਲੋਚਕ ਹੋਇਆ ਦਿੱਲੀ ਦਾ, ਰਾਈਟ, ਉਹਨੂੰ ਉਹਨੇ ਜਦੋਂ ਪੁੱਛਿਆ ਵੀ ਤੈਨੂੰ ਕਿਤਾਬ ਤੈਨੂੰ ਸਭ ਤੋਂ ਚੰਗੀ ਕਿਹੜੀ ਲੱਗੀ ਹੈ ਹੈਂ ਜਾਂ ਕਿਹੜੀਆਂ ਲੈਣੀਆਂ ਚਾਹੁੰਦਾ, ਉਹ ਕਹਿੰਦਾ ਗਿਆਨੀ ਗੁਰਦਿੱਤ ਸਿੰਘ ਲੈ। ਉਹ ਪੰਜਾਬੀ ਦੇ ਵਿੱਚ ਇਹਨੂੰ ਡੈਥ ਤੋਂ ਇੱਕ ਦੋ ਸਾਲ ਪਹਿਲਾਂ ਜਿਹੜਾ ਸਭ ਤੋਂ ਵੱਡਾ ਸਰਵਉੱਚ ਜਿਹੜਾ ਸ਼੍ਰੋਮਣੀ ਭਾਸ਼ਾ ਵਿਭਾਗ ਦਾ ਅਵਾਰਡ ਜੀ ਉਹ ਇਸ ਇਹਨਾਂ ਨੂੰ ਮਿਲਿਆ ਸੀ। ਰਾਈਟ। ਔਰ ਇਸ ਤੋਂ ਇਲਾਵਾ ਜਿਹੜੀ ਇੱਕ ਇਹਨੇ ਜਿਹੜੀ ਸਟੱਡੀ ਸੀ ਉਹ ਮਿਦਾਮਣੀ ਕਿਤਾਬ ਇੱਕ ਬੜੀ ਪਾਪੂਲਰ ਹੋਈ ਸੀ ਜਿਹਦੇ ਵਿੱਚ ਇਹਨੇ ਦੱਸਿਆ ਸੀ ਰਾਗਮਾਲਾ ਦੇ ਬਾਰੇ। ਉਹ ਪਿਛਲੇ ਇਹਨੇ 50-60 ਸਾਲ ਦੀ ਖੋਜ ਸੀ, ਉਹਨੇ ਦੱਸਿਆ ਕਿ ਰਾਗਮਾਲਾ ਗੁਰਬਾਣੀ ਨਹੀਂ ਹੈ, ਉਹਨੂੰ ਉਹਦੇ ਤੱਤਾਂ ਦੇ ਆਧਾਰਿਤ ਹੀ ਇਹਨੇ ਸਾਬਤ ਕਰਨ ਦਾ ਕੋਸ਼ਿਸ਼ ਕੀਤੀ ਗਿਆਨੀ ਜੀ ਨੇ। ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਵੀ ਉਹਨਾਂ ਦੀ ਕਿ ਵਿਸ਼ਾਲ ਜਿਹੜੀ ਸਟੱਡੀ ਸੀ, ਰਿਸਰਚ ਸੀ, ਖੋਜ ਸੀ, ਕਿਉਂਕਿ ਇਹਨਾਂ ਕੋਲ ਜਿਹੜੀ ਇਹਨਾਂ ਦੀ ਆਪਣੀ ਜਿਹੜੀ ਨਿੱਜੀ ਲਾਇਬ੍ਰੇਰੀ ਉਹਦੇ 'ਚ ਇਹਨਾਂ ਕੋਲ ਬੜੇ ਗੁਰੂ ਗ੍ਰੰਥ ਜਿਹੜੇ ਹੱਥ ਲਿਖਤਾਂ, ਗੁਰੂ ਗ੍ਰੰਥ ਸਾਹਿਬ, ਬੀੜਾਂ ਪੁਰਾਤਨ ਜਿਹੜੀਆਂ ਨੇ ਇਹ ਇਹਨੂੰ, ਕਿਉਂਕਿ ਹਾਂ ਕਿਉਂਕਿ ਬੇਸਿਕਲੀ ਇਹਦਾ ਜਿਹੜਾ ਮੁੱਢਲਾ ਸੀ ਨਾ ਉਹ ਖੋਜੀ ਬਿਰਤੀ ਦਾ ਸੀ। ਇਹ ਜਿਵੇਂ ਇੱਕ ਦਵਿੰਦਰ ਸਥਿਆਰਥੀ ਹੋਇਆ ਜੀ, ਕਮਾਕੜ ਤਬੀਰ ਦਾ ਦੁਨੀਆ ਉਹਨੇ ਘੁੰਮੀ ਸੀ, ਉਸੇ ਤਰ੍ਹਾਂ ਗਿਆਨੀ ਗੁਰਦਿੱਤ ਸਿੰਘ ਇੱਕ ਚੰਗੇ ਵਿਆਖਿਆਕਾਰ, ਇੱਕ ਚੰਗੇ ਬੁਲਾਰੇ ਸਨ, ਉਹ ਇੱਥੇ ਇਹ ਧਰਮ ਦੇ ਨਾਲ ਜੁੜੇ ਹੋਏ ਸਨ। ਇੱਕ ਪੰਜਾਬ ਦੇ ਵਿੱਚ ਜਿਹੜੀ ਬਣੀ ਸੀ ਗੁਰੂ ਗ੍ਰੰਥ ਭਵਨ ਜਿਹੜਾ ਚੰਡੀਗੜ੍ਹ ਬਣਿਆ ਉਹ ਇਹਨਾਂ ਦੀ ਦੇਣ ਸੀ। ਇੱਕ ਸੰਸਥਾ ਬਣੀ ਸੀ ਬੜੀ ਵੱਡੀ ਪੰਜਾਬ ਦੇ ਵਿੱਚ, ਕੋਲਾਬਰੇਸ਼ਨ ਵਿਦ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨੂੰ ਸ੍ਰੀ ਗੁਰੂ ਸਿੰਘ ਸਭਾ ਕਿਹਾ ਜਾਂਦਾ। ਔਰ ਉਹਦੇ ਜਿਹੜੇ ਪ੍ਰੈਜੀਡੈਂਟ ਸਨ ਉਹ ਸਰਦਾਰ ਹੁਕਮ ਸਿੰਘ, ਜਿਹੜੇ ਪਹਿਲਾਂ ਸਪੀਕਰ ਇਨ ਹਿੰਦੁਸਤਾਨ ਦੇ ਉਹ ਸਨ, ਉਹਦਾ ਜਨਰਲ ਸੈਕਟਰੀ ਇਹ ਸੀ। ਔਰ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨਾਂ ਨੂੰ ਥਾਂ ਦਿੱਤੀ ਸੀ, ਉਹਨੇ ਵੱਡੇ ਪੱਧਰ 'ਤੇ ਸੈਮੀਨਾਰ ਇਹਨਾਂ ਨੇ ਕਰਨੇ, ਕੈਂਪ ਲਾਉਣੇ, ਲੋਕਾਂ ਨੂੰ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨਾ, ਗੁਰੂ ਗ੍ਰੰਥ ਦੇ ਨਾਲ ਜੋੜਨਾ, ਗੁਰੂ ਪੰਥ ਦੇ ਨਾਲ ਜੋੜਨਾ, ਇਹ ਇਹਨਾਂ ਦਾ ਅਕੀਦਾ ਸੀ ਜੋ ਕੁਛ ਵੀ ਹੈ। ਔਰ ਇੱਥੇ ਹੀ ਨਹੀਂ, ਗਿਆਨੀ ਜੀ ਨੇ ਕਦੇ ਜ਼ਿੰਦਗੀ 'ਚ ਨੌਕਰੀ ਨਹੀਂ ਕੀਤੀ, ਮਗਰ ਇਹਨਾਂ ਦੀ ਜਿਹੜੀ ਸੀ ਪ੍ਰੈਸ ਜੀ, ਇਹਨਾਂ ਦੇ ਵਿੱਚ ਵੱਡੇ ਵੱਡੇ ਬੰਦੇ ਨੌਕਰ ਹੁੰਦੇ ਰਹੇ, ਭਾਵੇਂ ਉਹ ਬਾਅਦ ਵਿੱਚ ਇਸ ਗੱਲ ਨੂੰ ਤੋਂ ਮਨੋਕਰ ਹੋਏ ਨੇ, ਨਹੀਂ ਜੀ ਅਸੀਂ ਕੁਛ ਦੇਰ ਹੀ ਕੰਮ ਕੀਤਾ। ਤਾਂ ਤੁਸੀਂ ਹੈਰਾਨ ਹੋ ਗਏ, ਪ੍ਰਕਾਸ਼ ਜਦੋਂ ਪਟਿਆਲੇ ਸੀ ਮੈਂ ਉੱਥੇ ਵੀ ਜਾਂਦਾ ਰਿਹਾ, ਪ੍ਰਕਾਸ਼ ਦੇ ਵਿੱਚ ਇੱਥੋਂ ਦਾ ਜਿਹੜਾ ਗੁਰਚਰਨ ਰਾਮਪੁਰੀ ਹੈ ਉਹਨੇ ਕੁਛ ਦੇਰ ਕੰਮ ਕੀਤਾ, ਪੰਜਾਬ ਦਾ ਨਾਮਵਰ ਕਹਾਣੀਕਾਰ ਹੈ ਸੰਤੋਖ ਸਿੰਘ ਧੀਰ ਉਹਨੇ ਉੱਥੇ ਕੰਮ ਕੀਤਾ, ਪੰਜਾਬ ਦਾ ਇੱਕ ਨਾਮਵਰ ਜਿਹੜਾ ਹਾਸਵਿਅੰਗ ਲੇਖਕ ਹੈ ਸਰਦਾਰ ਸੂਬਾ ਸਿੰਘ ਉਹਨੇ ਉਹਦੇ ਵਿੱਚ ਬੜੀ ਦੇਰ ਕੰਮ ਕੀਤਾ, ਔਰ ਉਹਦਾ ਜਿਹੜਾ ਮੈਨੇਜਰ ਸੀ ਉਹ ਸਰਦਾਰ ਗੁਰਦੀਪ ਸਰਦਾਰ ਹਰਦੀਪ ਸਿੰਘ ਸੀ ਸਾਨੀ ਜੀ, ਹੈਂ ਜੀ, ਇਹ ਉਹਦੇ ਵਿੱਚ ਸੀ। ਮਗਰ ਗਿਆਨੀ ਜੀ ਦੀ ਜਿਹੜੀ ਸਭ ਤੋਂ ਵੱਡੀ ਗੱਲ ਸੀ ਵਿਲੇਖਣ, ਕਿ ਉਹਨਾਂ ਦਾ ਇੱਕ ਸਫ਼ਾ ਵੀ ਜਿਹੜਾ ਪੜ੍ਹਨ ਵਾਲਾ ਜਿਹੜਾ ਸੀ ਨਾ, ਉਹ ਜਿਵੇਂ ਸੰਦਲੀ ਸ਼ਰਬਤ ਹੁੰਦਾ ਉਹੋ ਜਿਹਾ ਸਵਾਦ ਮਿਲਦਾ ਸੀ, ਉਹੋ ਜਿਹੀ ਵਾਰਤਕ ਅਜੇ ਤੱਕ ਕੋਈ ਲਿਖ ਨਹੀਂ ਸਕਿਆ। ਉਹ ਵਾਰਤਕ ਦੇ ਮੈਂ ਤਾਂ ਕਹਿੰਦਾ ਇੱਕ ਪਤਾਮਾ ਸਨ, ਔਰ ਸਾਨੂੰ ਇੱਕ ਬੜੀ ਵੱਡੀ ਤ੍ਰਾਸਦੀ ਵੀ ਆਉਂਦੀ ਹੈ ਕਿ ਵੱਡੇ ਵੱਡੇ ਇਹਨਾਂ ਨੇ ਅਵਾਰਡਸ ਪ੍ਰਾਪਤ ਕੀਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ, ਇਹ ਪਿੱਠ ਭੂਮੀ 'ਚ ਬੈਕਗਰਾਊਂਡ 'ਤੇ ਬੜੇ ਵੱਡੇ ਜਿਹੜਾ ਇੱਕ ਅਵਾਰਡ ਕ੍ਰੀਏਟ ਹੋਇਆ ਸੀ ਪੰਜਾਬ ਵਿੱਚ ਪ੍ਰੋਫੈਸਰ ਆਫ ਸਿੱਖਇਜ਼ਮ ਜਿਹੜਾ 1973 'ਚ ਸਰਦਾਰ ਕਪੂਰ ਸਿੰਘ ਨੂੰ ਦਿੱਤਾ, ਉਹਦੇ ਜਿਹੜੇ ਬਿਹਾਇੰਡ ਜਿਹੜੀ ਸੋਚ ਸੀ ਥਾਟ ਸੀ ਉਹ ਗਿਆਨੀ ਗੁਰਦਿੱਤ ਸਿੰਘ ਦਾ ਸੀ। ਰਾਈਟ। ਤੁਸੀਂ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਹੋ, ਅੰਮ੍ਰਿਤਸਰ ਦੇ ਵਿੱਚ ਇੱਕ
ਨਵੀਂ ਜਿਹੜੀ ਜਗ੍ਹਾ ਬਣੀ ਉਹਨੂੰ ਕਹਿੰਦੇ ਮੇਰਾ ਪਿੰਡ। ਜਿਹੜਾ ਮੇਰਾ ਪਿੰਡ ਬਣਿਆ ਉਹ ਜਿਹੜਾ ਸਾਰਾ ਥਾਟ ਹੈ ਉਹ ਗਿਆਨੀ ਗੁਰਦਿੱਤ ਸਿੰਘ ਦਾ ਹੀ ਹੈ। ਓਕੇ, ਗਿਆਨੀ ਗੁਰਦਿੱਤ ਸਿੰਘ ਨੇ ਹੀ ਉੱਥੋਂ ਦਾ ਜਦੋਂ ਵਾਈਸ ਚਾਂਸਲਰ ਨੇ ਜਦੋਂ ਸ਼ੁਰੂ ਕੀਤਾ ਸੀ ਜਿਹੜਾ ਟੱਕ ਕੇ ਉਹ ਗਿਆਨੀ ਗੁਰਦਿੱਤ ਸਿੰਘ ਨੇ ਲਾਇਆ ਹੋਇਆ ਸੀ। ਗਿਆਨੀ ਗੁਰਦਿੱਤ ਸਿੰਘ ਦੀ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ। ਉਹਦੇ 'ਤੇ ਬੜੇ ਬੱਚਿਆਂ ਨੇ ਖੋਜਕਾਰ ਜਿਹੜੇ ਨੇ ਐਮ ਫਿਲ ਪੀ ਐਚ ਡੀ ਉਹ ਕਰ ਰਹੇ ਨੇ, ਔਰ ਉਹਨਾਂ ਦੇ ਬਾਅਦ ਵਿੱਚ ਇੱਕ ਉਹਨਾਂ ਦੀ ਡੈਥ ਤੋਂ ਮਗਰੋਂ ਉਹਨਾਂ ਦੀ ਮਿਸਿਜ਼ ਜਿਹੜੀ ਹੈ ਇੰਦਰਜੀਤ ਕੌਰ ਔਰ ਉਹਨਾਂ ਦਾ ਲੜਕਾ ਰੁਪਿੰਦਰ ਸਿੰਘ, ਇੰਦਰਜੀਤ ਕੌਰ ਨੂੰ ਤੁਸੀਂ ਜਾਣਦੇ ਹੋ ਪੰਜਾਬੀ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਰਹੇ ਨੇ ਜੀ, ਔਰ ਰੁਪਿੰਦਰ ਸਿੰਘ ਇਸ ਵਕਤ ਦੀ ਟ੍ਰਿਬਿਊਨ ਦੇ ਸੈਕਿੰਡ ਪੋਜੀਸ਼ਨ ਦੇ ਵਿੱਚ ਉਹਨਾਂ ਦੇ ਐਡੀਟੋਰੀਅਲ ਸਟਾਫ ਦੇ ਵਿੱਚ ਵਰਕ ਕਰ ਰਿਹਾ, ਉਹ ਇਹਨਾਂ ਦੇ ਇਹਨਾਂ ਦਾ ਲੜਕਾ ਹੈ, ਔਰ ਇਹਨਾਂ ਦੋਹਾਂ ਨੇ ਕੰਬਾਈਂਡ ਐਡਿਟ ਕਰਕੇ ਇਹਨਾਂ ਦੇ ਗਿਆਨੀ ਗੁਰਦਿੱਤ ਸਿੰਘ ਅਭਿਨੰਦਨ ਇਸ ਬੁੱਕ ਕੀਤੀ। ਰਾਈਟ, ਲੈਣੇ ਜੀ ਬ੍ਰੇਕ, ਵਾਪਸ ਆਉਂਦੇ ਹਾਂ ਆਨੰਦ ਸਾਹਿਬ ਅਤੇ ਤੁਹਾਡੇ ਤੋਂ ਹੋਰ ਗਿਆਨੀ ਗੁਰਦਿੱਤ ਸਿੰਘ ਦੇ ਜੀਵਨ ਸੰਬੰਧੀ ਕੁਝ ਹੋਰ ਜਾਣਕਾਰੀ ਸ਼ੇਅਰ ਕਰਨੀ, ਕਿਉਂਕਿ ਇਹ ਸਾਡੇ ਉਹ ਸਤੰਭ ਨੇ, ਉਹ ਪਿਲਰਸ ਨੇ ਕਮਿਊਨਿਟੀ ਦੇ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ, ਪਰ ਅੱਜ ਅਸੀਂ ਵਿਸਾਰੀ ਬੈਠੇ ਉਹਨਾਂ ਨੂੰ। ਧੰਨਵਾਦ ਤੁਹਾਡਾ ਕਿ ਤੁਸੀਂ ਇਹਨਾਂ ਦੀ ਯਾਦ ਤਾਜ਼ਾ ਕਰਾ ਕੇ ਇਹਨਾਂ ਦੀ ਜਿਹੜੀ ਦੇਣ ਹੈਗੀ ਉਹ ਦੱਸ ਰਹੇ ਹੋ, ਤਾਂ ਕਿ ਅਸੀਂ ਇਹਨਾਂ ਦੇ ਕੋਲੋਂ ਕੁਝ ਸਿੱਖ ਸਕੀਏ ਅਤੇ ਆਪਣੇ ਜੀਵਨ ਉਸ ਨੂੰ ਅਡੋਪਟ ਕਰ ਸਕੀਏ। ਸੋ ਇਸ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ। ਇਹ ਅਧਿਆਤਮਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ। 6045076666। ਜਦ ਵੀ ਤੁਸੀਂ ਨਾਰਥ ਅਮਰੀਕਾ ਦੇ ਸਭ ਤੋਂ ਵੱਡੇ ਕੱਪੜਿਆਂ ਦੇ ਸਟੋਰ ਤੇ ਆਉਂਦੇ ਹੋ ਤਾਂ ਰੋਸ਼ਨ ਅਰੋੜਾ ਤੇ ਸੁਭਾਸ਼ ਚੰਦਰ ਤੁਹਾਡਾ ਖਿੜੇ ਮੱਥੇ ਸਵਾਗਤ ਕਰਦੇ ਹਨ। ਪੰਜਾਬ ਕਲੌਥ ਹਾਊਸ ਵਿੱਚ ਤੁਹਾਨੂੰ ਮਿਲਦੇ ਹਨ ਵਾਜਿਬ ਕੀਮਤਾਂ ਤੇ ਟੌਪ ਕੁਆਲਿਟੀ ਦੇ ਫੈਬਰਿਕਸ ਤੇ ਰੈਡੀਮੇਡ ਗਾਰਮੈਂਟਸ, ਲੇਡੀਜ਼ ਜੈਂਟਸ ਤੇ ਬੱਚਿਆਂ ਦੇ ਕੱਪੜੇ ਭਾਰਤ ਤੋਂ ਇਲਾਵਾ ਜਪਾਨ, ਪਾਕਿਸਤਾਨ, ਕੋਰੀਆ, ਚਾਈਨਾ, ਯੂਰਪ ਤੇ ਇੰਡੋਨੇਸ਼ੀਆ ਤੋਂ ਮੰਗਵਾਉਂਦੇ ਹਨ। ਮਾਲਕਾਂ ਦੇ 4 ਦਹਾਕਿਆਂ ਦੇ ਐਕਸਪੀਰੀਅੰਸ ਦਾ ਫਾਇਦਾ ਲਓ ਤੇ ਉੱਚ ਕੁਆਲਿਟੀ ਦਾ ਸਮਾਨ ਘੱਟ ਘੱਟ ਕੀਮਤਾਂ ਤੇ ਖਰੀਦੋ। ਅੱਜ ਹੀ ਆਓ ਪੰਜਾਬ ਕਲੌਥ ਹਾਊਸ। ਇਹ ਅਧਿਆਤਮਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ। 6045076666। ਗਿਆਨੀ ਗੁਰਦਿੱਤ ਸਿੰਘ ਦੇ ਸੰਬੰਧ ਵਿੱਚ ਸਰਦਾਰ ਜੈਤਿਕ ਸਿੰਘ ਅਨੰਦ ਸਾਨੂੰ ਜਾਣਕਾਰੀ ਦੇ ਰਹੇ ਨੇ। ਆਓ ਇਸ ਸਫ਼ਰ ਵਿੱਚ ਮੁੜ ਤੋਂ ਜੁੜਦੇ ਹਾਂ ਅਤੇ ਭਾਈ ਸਾਹਿਬ ਦੀ ਜਿਹੜੀ ਕੰਟਰੀਬਿਊਸ਼ਨ ਹੈਗੀ ਹੈ ਸਿੱਖਇਜ਼ਮ ਨੂੰ ਅਤੇ ਓਵਰਆਲ ਪੰਜਾਬੀ ਲਿਟਰੇਚਰ ਨੂੰ ਉਸ ਬਾਰੇ ਹੋਰ ਜਾਣਕਾਰੀ ਲੈਂਦੇ ਹਾਂ। ਸੋ ਤੁਹਾਡਾ ਨਜ਼ਦੀਕੀ ਸੰਬੰਧ ਸੀ, ਤੁਹਾਡਾ ਆਉਣਾ ਜਾਣਾ ਉਹਨਾਂ ਨਾਲ ਹੋਇਆ, ਤੁਸੀਂ ਤਸਵੀਰਾਂ ਰਾਹੀਂ ਅਤੇ ਉਹ ਲਿਖਤਾਂ ਰਾਹੀਂ ਇੱਕ ਦੂਸਰੇ ਦੀ ਸਾਂਝ ਤੁਹਾਡੀ ਮਜ਼ਬੂਤ ਹੁੰਦੀ ਰਹੀ। ਕੀ ਵਿਲੱਖਣਤਾ ਸੀ ਉਹਨਾਂ 'ਚ, ਤੁਹਾਨੂੰ ਕੀ ਨਜ਼ਰ ਆਉਂਦਾ ਸੀ? ਕਿਉਂਕਿ ਅੱਜ ਅਸੀਂ ਦੇਖਦੇ ਹਾਂ ਕਿ ਕਮਿਊਨਿਟੀ ਓਰੀਐਂਟਿਡ ਥਾਟ ਜਿਹੜੀ ਹੈ ਉਹ ਕਈ ਵਾਰ ਨਜ਼ਰ ਨਹੀਂ ਆਉਂਦੀ। ਕਿਹਾ ਜਾਂਦਾ ਪੰਥ ਵਾਸਤੇ ਅਸੀਂ ਕਰ ਰਹੇ ਹਾਂ, ਪਰ ਪਿੱਛੇ ਕਈ ਵਾਰੀ ਕੁਝ ਹੋਰ ਨਜ਼ਰ ਆਉਂਦਾ। ਸੋ ਗਿਆਨੀ ਗੁਰਦਿੱਤ ਸਿੰਘ ਦੀ ਕੀ ਯੂਨੀਕਨੈਸ ਤੁਹਾਨੂੰ ਨਜ਼ਰ ਆਉਂਦੀ ਸੀ? ਗਿਆਨੀ ਗੁਰਦਿੱਤ ਸਿੰਘ ਕੰਥਕ ਸੀ, ਬੜਾ ਸਰੜੀ ਸੀ, ਸਿਦਕੀ ਸੀ ਜੀ, ਉਹਨੂੰ ਕੋਈ ਚੀਜ਼ ਨਹੀਂ ਸੀ, ਜਿਸ ਕੰਮ ਦੇ ਪਿੱਛੇ ਪੈ ਜਾਣ ਉਹ ਕਰਕੇ ਹਟਦੇ ਸਨ, ਜੁੜ ਜਾਂਦੇ ਸਨ ਜੀ। ਉਹਨਾਂ ਨੇ ਜੋ ਉਤਾਰਿਆ ਕਿ ਵੀ ਮੈਂ ਕੰਮ ਕਰਨਾ, ਕਮਿਟਡ ਸਨ ਕਿਸੇ ਵੀ ਲਈ, ਇਸ ਲਈ ਜੋ ਕੁਛ ਵੀ ਕੀਤਾ ਉਹ ਉਸ ਕਰਕੇ ਹੀ ਕਰਦੇ ਸਨ। ਉਹਦਾ ਜਿਹੜਾ ਵੀ ਕੰਮ ਹੈ, ਚਾਹੇ ਪੱਤਰਕਾਰੀ ਤੋਂ ਖੋਜ ਤੋਂ ਕਾਰਜ ਸ਼ੁਰੂ ਹੁੰਦਾ, ਪੱਤਰਕਾਰੀ ਦੇ ਨਾਲ ਜੁੜਦਾ ਹੋਇਆ, ਪੱਤਰਕਾਰੀ ਵਿੱਚ ਵੀ ਕਦੇ ਪਟਿਆਲਾ ਕਦੇ ਚੰਡੀਗੜ੍ਹ ਦੋਨੋਂ ਥਾਵਾਂ 'ਤੇ, ਪਹਿਲਾਂ ਉਹਨਾਂ ਦਾ ਡੇਲੀ ਪੇਪਰ ਸੀ ਰੋਜ਼ਾਨਾ, ਫਿਰ ਉਹ ਹਫ਼ਤਾਵਾਰ ਹੋਇਆ, ਥੋੜ੍ਹੀ ਦੇਰ ਉਹਨਾਂ ਨੂੰ ਜੇਕਰ ਚੁਣਿਆ ਉਹਨਾਂ ਦੀ ਯੋਗਤਾ, MLC ਜਿਹੜੀ ਹੁੰਦੀ ਉਹ ਉਹ ਸਿਲੈਕਟ ਹੁੰਦੀ ਹੈ, ਉਹਨਾਂ ਨੂੰ ਉਹਨਾਂ ਦੀ ਯੋਗਤਾ ਮੁਤਾਬਕ ਚੁਣਿਆ ਗਿਆ। ਰਾਈਟ, ਔਰ ਜੇ ਏਡੇ ਏਡੇ ਇੱਥੋਂ ਤੱਕ ਜੇਕਰ ਗਿਆਨੀ ਜੈਲ ਸਿੰਘ ਨਾਲ, ਗਿਆਨ ਸਿੰਘ ਰਾੜੇਵਾਲ ਨਾਲ ਸੀ, ਗੁਰਚਰਨ ਸਿੰਘ ਟੋੜਾ ਵਰਗੇ ਬੰਦੇ ਬੜੇ ਉਹਨਾਂ ਦੇ ਕਦਰਦਾਨ ਸਨ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਬੜੇ ਸਾਲ, ਲੰਮਾ ਸਾਲ ਜਿਹੜੀ ਉਹਨਾਂ ਦੀ ਧਾਰਮਿਕ ਕਮੇਟੀ ਸੀ ਉਹਦੇ ਸਲਾਹਕਾਰ ਸਨ, ਔਰ ਇਹਨਾਂ ਦੀ ਐਡਵਾਈਸ ਹੁੰਦੀ ਸੀ। ਮਗਰ ਇਹ ਸਾਡੀ ਇੱਕ ਤ੍ਰਾਸਦੀ ਹੈ, ਬਦਕਿਸਮਤੀ ਹੈ, ਇੱਕ ਪੰਜਾਬ ਦਾ ਇੱਕ ਨਾਮਵਰ, ਇੱਕ ਐਡਾ ਪ੍ਰੋਮੀਨੈਂਟ ਅਦੀਬ, ਲੇਖਕ, ਨਿਬੰਧਕਾਰ, ਜੀਵਨੀਕਾਰ, ਪੱਤਰਕਾਰ ਹੋਇਆ ਹੋਵੇ ਔਰ ਜਿਹਨੂੰ ਇੰਨੇ ਇੰਨੇ ਵੱਡੇ ਅਵਾਰਡਸ ਹੋਣ, ਔਰ ਉਹਦੀ ਤਸਵੀਰ ਗੋਲਡਨ ਟੈਂਪਲ ਅਜਾਇਬ ਘਰ ਜਿਹੜਾ ਹੈ ਉਹਦੇ 'ਚ ਅਜੇ ਤੱਕ ਨਹੀਂ ਲੱਗੀ। ਅੱਛਾ, ਅਤੇ ਅਸੀਂ ਇਹ ਯਤਨ ਕਰ ਰਹੇ ਹਾਂ ਕਿ ਇਹ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਘੱਟੋ ਘੱਟ ਇਹੋ ਜਿਹੇ ਵਿਦਵਾਨ ਨੂੰ ਉਸ ਥਾਂ 'ਤੇ, ਉਸ ਮੁਕਾਮ, ਉਹਨਾਂ ਦੀ ਤਸਵੀਰ ਹੋਣੀ ਚਾਹੀਦੀ ਹੈ। ਬਿਲਕੁਲ, ਇਹਦੇ ਲਈ ਸਾਡਾ ਇਨੀਸ਼ੀਏਟਿਵ ਹੈ, ਇਹ ਸਾਡਾ ਹੀ ਨਹੀਂ ਕਿ ਦੁਨੀਆ ਭਰ ਦੇ ਵਿੱਚ ਜਿਹੜੇ ਸਾਡੇ ਬੁੱਧੀਜੀਵੀ ਨੇ, ਵਿਦਵਾਨ ਨੇ, ਗਿਆਨੀ ਗੁਰਦਿੱਤ ਸਿੰਘ ਨੂੰ ਪਿਆਰ ਮੁਹੱਬਤ ਕਰਨ ਵਾਲੇ ਨੇ ਕਿ ਆਓ ਅਸੀਂ ਇਹਦੇ ਲਈ ਇੱਕ ਨਹੀਂ, ਦੈਟ ਇਜ਼ ਅ ਸਮਾਲ
ਇਹ ਕੁਛ ਵੱਡਾ ਕਾਰਜ ਨਹੀਂ, ਛੋਟੀ ਜਿਹੀ ਗੱਲ ਹੈ। ਲੇਕਿਨ ਇਹੋ ਜਿਹੀ ਇੱਕ ਸ਼ਖਸੀਅਤ ਜਿਸਦੀ ਕਿ ਬਹੁਤ ਵੱਡੀ ਦੇਣ ਹੈ ਅਤੇ ਉਸਦੀ ਤਸਵੀਰ ਅਜਾਇਬ ਘਰ 'ਚ ਨਾ ਹੋਵੇ, ਇਹ ਹੈਰਾਨੀ ਦਾ ਇੱਕ ਵਿਸ਼ਾ। ਬਟ ਐਨੀਵੇਜ਼, ਇਹਦੇ ਵਾਸਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਯਤਨ ਕੀਤੇ ਜਾਣਗੇ, ਹੁਣ ਸਵਾਲ ਇਹ ਖੜ੍ਹਾ ਹੁੰਦਾ ਜੀ ਕਿ ਜਦੋਂ ਉਹਨਾਂ ਦੀ ਟਾਵਰਿੰਗ ਪਰਸਨੈਲਿਟੀ ਸੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਸਿਆਸਤ ਵਿੱਚ ਹੀ ਉਹ ਗਏ, ਉਹਨਾਂ ਦੀ ਕਥਨੀ ਅਤੇ ਕਰਨੀ ਦੇ ਵਿੱਚ ਤੁਸੀਂ ਕਿਉਂਕਿ ਨਜ਼ਦੀਕ ਰਹੇ ਹੋਣੇ, ਉਹਦੇ ਮੁਤਾਲਕ ਸਾਨੂੰ ਦੱਸੋ ਕਿ ਕੋਈ ਐਸਾ ਤੁਹਾਨੂੰ ਕੁਛ ਉਹਨਾਂ ਦੇ ਜੀਵਨ 'ਚ ਕੁਛ ਟਾਈਮ ਯਾਦ ਹੋਵੇ ਜਦੋਂ ਕਿ ਹੀ ਸਟੁੱਡ ਫੋਰ ਹਿਸ ਪ੍ਰਿੰਸੀਪਲਸ। ਮੈਂ ਇਹ ਗੱਲ ਕਹਿੰਦਾ ਕਿ ਜਦੋਂ ਮੈਂ ਇੰਡੀਆ ਜਾਂਦਾ ਸਾਂ ਜੀ, ਅਤੇ ਉਹਨਾਂ ਦਾ ਘਰ 2 ਸੈਕਟਰ ਦੇ ਸੀ ਅਤੇ ਮੈਂ 40 ਸੈਕਟਰ ਰਹਿੰਦਾ ਸਾਂ ਜੀ, ਉਹਨੂੰ ਜੇ ਕਿਸੇ ਨਾ ਕਿਸੇ ਤੋਂ ਪਤਾ ਲੱਗ ਜਾਂਦਾ ਮੇਰੇ ਆਇਆ ਅਤੇ ਉਹ ਗਿਲਾ ਕਰਦੇ ਕਿ ਤੂੰ ਕਦੋਂ ਦਾ ਆਇਆ, ਤੂੰ ਆਇਆ ਨਹੀਂ। ਮੈਂ ਕਿਹਾ ਜੀ ਜਦੋਂ ਮੇਰੇ ਕੋਲ ਕੋਈ ਰਾਈਡ ਹੋਏਗੀ ਤਾਂ ਆਵਾਂਗਾ, ਇੰਨੀ ਦੂਰ ਮੈਂ ਆ ਨਹੀਂ ਸਕਦਾ। ਉਹ ਕਹਿੰਦਾ ਕੱਲ੍ਹ ਹੀ ਬੰਦਾ ਤੈਨੂੰ ਲੈਣ ਆਏਗਾ ਜੀ, ਅਤੇ ਤੂੰ ਦੁਪਹਿਰੇ ਰੋਟੀ ਖਾਣਾ ਮੇਰੇ ਕੋਲ ਖਾਣਾ, ਉਹ ਬੰਦਾ ਲੈ ਕੇ ਇਹ ਤੈਨੂੰ ਆਏਗਾ, ਉਹੀ ਤੈਨੂੰ ਛੱਡੇਗਾ। ਉਹਨਾਂ ਦਾ ਇਹ ਸੀ ਕਿ ਮੈਂ ਹੀ ਨਹੀਂ, ਕੋਈ ਵੀ ਬੰਦਾ ਹੋਵੇ, ਉਹ ਚਾਹੁੰਦੇ ਸਨ ਉਸ ਦੇਸ਼ ਦਾ, ਉਸ ਮੁਲਕ ਦਾ, ਪੰਜਾਬੀਆਂ ਬਾਰੇ, ਸਿੱਖਾਂ ਬਾਰੇ ਕੋਈ ਨਵੀਂ ਜਾਣਕਾਰੀ ਲਈ ਜਾਏ, ਪ੍ਰਾਪਤ ਕੀਤੀ ਜਾਵੇ। ਔਰ ਮੇਰੇ ਨਾਲ ਇੱਕ ਸਾਂਝ ਇਹ ਸੀ ਕਿ ਮੈਂ ਕਾਫੀ ਕੁਛ ਕਈ ਵਾਰ ਦਿੱਤਾ, ਜਿਹੜੀਆਂ ਪੁਰਾਣੀਆਂ ਹੱਥ ਲਿਖਤਾਂ ਨੇ, ਮੈਂ ਵੀ ਉਹਦੀ ਫੋਟੋਗ੍ਰਾਫੀ ਕਰਦਾ ਸਾਂ, ਸ਼ੂਟ ਕਰਦਾ ਸਾਂ, ਇਹ ਕਿੱਥੋਂ ਲਈਏ, ਕਿਵੇਂ ਲਈਏ, ਕੀ ਹੈ, ਕਿਉਂਕਿ ਉਹਦੇ ਵਿੱਚ ਉਸ ਪ੍ਰਸੰਗ ਦੇ ਨਾਲ ਉਹ ਇਤਿਹਾਸ ਦੇ ਪੰਨਿਆਂ ਨੂੰ ਸਿਰਜਦੇ ਸਨ। ਰਾਈਟ, ਹਾਂਜੀ, ਅਤੇ ਇਸ ਤਰ੍ਹਾਂ ਸਾਡਾ ਆਦਾਨ ਪ੍ਰਦਾਨ ਹੁੰਦਾ ਸੀ। ਔਰ ਮੇਰੇ ਲਈ ਬੜੇ ਪ੍ਰੇਰਿਤ ਸਨ, ਮੈਂ 69 ਦੇ ਵਿੱਚ ਇੱਕ, ਉਹਨਾਂ ਦਿਨਾਂ ਵਿੱਚ ਗੁਰੂ ਨਾਨਕ ਸਾਹਿਬ ਦਾ 500 ਸਾਲਾ ਸੀ ਜੀ, ਅਤੇ ਇੱਕ ਪ੍ਰੋਜੈਕਟ ਸੀ ਮੇਰਾ, ਉਹਨਾਂ ਨੇ ਮੇਰੀ ਸਪੋਰਟ ਦੇ ਸ਼੍ਰੋਮਣੀ ਕਮੇਟੀ ਨੂੰ ਲਿਖਿਆ ਕਿ ਫੋਟੋਗ੍ਰਾਫੀ ਲਈ ਹਿੰਦੁਸਤਾਨ ਵਿੱਚ ਗੁਰੂ ਨਾਨਕ ਸਾਹਿਬ ਦੇ ਜਾਣਾ ਚਾਹੁੰਦਾ, ਇਹਦੀ ਮਦਦ ਕੀਤੀ ਜਾਏ ਜੀ। ਉਹ ਕੋਈ ਵੀ ਚਲਾ ਜਾਏ, ਲੋਕ ਉਹਨਾਂ ਦੀ ਸਿਫਾਰਿਸ਼ ਲੈ ਕੇ ਦੂਰ ਦੂਰ ਤੱਕ ਜਾਂਦੇ ਸਨ, ਉਹਨਾਂ ਦੀ ਪਹੁੰਚ ਸੀ, ਉਹਨਾਂ ਦਾ ਸਤਿਕਾਰ ਸੀ, ਉਹਨਾਂ ਦਾ ਮਾਣ ਸੀ, ਉਹਨਾਂ ਦੀ ਗੱਲ ਨੂੰ ਕੋਈ ਜਵਾਬ ਨਹੀਂ ਦਿੰਦਾ ਸੀ, ਅਤੇ ਅਸੀਂ ਤਾਂ ਸਾਡੀ ਜਿਹੜੀ ਸਾਂਝ ਜਾਂ ਪਿਆਰ ਉਹਨਾਂ ਦੀ ਲਿਖਤ ਕਰਕੇ ਹੈ। ਬਿਲਕੁਲ, ਕਿਉਂਕਿ ਉਹਨਾਂ ਦੀ ਜਿਹੜੀ ਲਿਖਤ ਸੀ, ਬੰਦਾ ਆਪਣੇ ਕੰਮ ਨਾਲ ਪਹਿਚਾਣਿਆ ਜਾਂਦਾ, ਐਬਸੋਲਿਊਟਲੀ ਬੰਦਾ ਆਪਣੇ ਕੰਮ ਦੇ ਨਾਲ ਹੀ ਜਾਣਿਆ ਜਾਂਦਾ। ਬਿਲਕੁਲ, ਅਤੇ ਉਹਨਾਂ ਨੇ ਜਿਹੜਾ ਪਿੰਡ, ਮੇਰਾ ਪਿੰਡ ਕਿਤਾਬ ਕੀਤੀ ਹੈ, ਇਹ ਇੱਕ ਰਹਿੰਦੀ ਦੁਨੀਆ ਤੱਕ ਉਹ ਯਾਦ ਰੱਖੇ ਰਹੇਗੀ। ਬਹੁਤ ਧੰਨਵਾਦ ਜੀ, ਤੁਹਾਡਾ ਇੱਥੇ ਆ ਕੇ ਗਿਆਨੀ ਗੁਰਦਿੱਤ ਸਿੰਘ ਦੇ ਸੰਬੰਧ ਵਿੱਚ ਸਾਨੂੰ ਜਾਣਕਾਰੀ ਦੇਣਾ, ਕਿਉਂਕਿ ਸਾਡੇ ਕੌਮ ਦੇ ਬੜੇ ਅਨਮੋਲ ਹੀਰੇ ਨੇ ਜਿਹੜੇ ਕਿ ਅਸੀਂ ਵਿਸਾਰੇ ਹੋਏ ਨੇ, ਜਿਨ੍ਹਾਂ ਦੇ ਬਾਰੇ ਪਤਾ ਹੀ ਨਹੀਂ, ਖਾਸ ਤੌਰ 'ਤੇ ਨਵੀਂ ਜਨਰੇਸ਼ਨ ਨੂੰ। ਤੁਹਾਡਾ ਧੰਨਵਾਦ, ਅਤੇ ਆਸ ਕਰਦੇ ਹਾਂ ਕਿ ਇਸੇ ਤਰੀਕੇ ਨਾਲ ਆਉਣ ਵਾਲੇ ਸਮੇਂ ਵਿੱਚ ਵੀ ਐਸੇ ਜਿਹੜੇ ਸਾਡੇ ਪਾਇਨੀਅਰਸ ਹੈਗੇ ਨੇ ਉਹਨਾਂ ਦੇ ਬਾਰੇ ਤੁਸੀਂ ਜਾਣਕਾਰੀ ਦਿੰਦੇ ਰਹੋ। ਤੁਹਾਡਾ ਬਹੁਤ ਧੰਨਵਾਦ ਹਰਪ੍ਰੀਤ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਥੈਂਕ ਯੂ, ਮਿਹਰਬਾਨੀ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 604-603-7555 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰ ਸਕਦੇ ਹੋ harpreetsingshow@gmail.com। ਤੁਹਾਡੇ ਕੋਲ ਵੀ ਕੋਈ ਸਵਾਲ ਹੋਏ ਜਾਂ ਫਿਰ ਕੋਈ ਤੁਸੀਂ ਵੀ ਸਮਝਦੇ ਹੋ ਕਿਸੇ ਵਿਅਕਤੀ ਬਾਰੇ, ਫਰਜ਼ ਬਣਦਾ ਹੈ ਸਾਡਾ ਕਿ ਅਸੀਂ ਕਮਿਊਨਿਟੀ ਦੇ ਅੱਗੇ ਲੈ ਕੇ ਆਈਏ, ਤਾਂ ਜ਼ਰੂਰ ਪਹੁੰਚ ਕਰਨਾ। ਅਤੇ ਜਦੋਂ ਵੀ ਸਾਡੇ ਕੋਲ ਕੋਈ ਗੈਸਟ ਆਉਂਦੇ ਨੇ, ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਸਵਾਲਾਂ ਦੇ ਜਵਾਬ ਉਹਨਾਂ ਕੋਲ ਲੈ ਕੇ ਵਾਪਸ ਆ ਸਕੀਏ। ਸਮਾਂ ਕੱਢ ਕੇ ਪ੍ਰੋਗਰਾਮ ਦੇਖਣ ਲਈ ਧੰਨਵਾਦ, ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਨਾਈਟ।